ਮੈਨੂੰ ਤੇਗ ਬਹਾਦਰ ਦਾ ਲਬਕ ਮਿਲਿਆ, ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾਂ। ਮੈਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾਂ। ਮੈਂ ਮਨਜਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੁਧਿਆਣਾ, ਬੱਸੀ ਜੋਧੇਵਾਲ ਦੀ ਪੰਜਾਬੀ ਅਧਿਆਪਕਾ, ਆਪ ਸਭ ਜੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦੀ ਹਾਂ। ਗੁਰਬਿਲਾਸ ਪਾਤਸ਼ਾਹੀ 6ਵੀਂ ਦੇ ਵਿੱਚ ਜ਼ਿਕਰ ਆਉਂਦਾ ਕਿ ਜਦ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾ ਖਬਰ ਮਿਲੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਦੀ, ਤਾਂ ਆਪ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਪਹੁੰਚ ਗਏ। ਜਿੱਥੇ ਪਹੁੰਚ ਕੇ ਆਪਣੇ ਜਦੋਂ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਜੀ ਦੇ, ਤਾਂ ਆਪ ਨੇ ਕੁਝ ਭਵਿੱਖਬਾਣੀਆਂ ਕੀਤੀਆਂ ਕਿ ਮੇਰਾ ਪੁੱਤਰ ਮਨੁੱਖਤਾ ਦਾ ਰਾਖਾ ਹੋਵੇਗਾ, ਇਹ ਕੁਰਬਾਨੀ ਦਾ ਪੁਤਲਾ ਹੋਵੇਗਾ, ਇਹ ਤੇਗ ਦਾ ਧਨੀ ਹੋਵੇਗਾ। ਆਪਣੇ ਪਿਤਾ ਦੇ ਇਹਨਾਂ ਬੋਲਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਨੇ ਕਰਤਾਰਪੁਰ ਸਾਹਿਬ ਦੀ ਚੌਥੀ ਲੜਾਈ ਦੇ ਵਿੱਚ ਤੇਗ ਦੇ ਅਜਿਹੇ ਜੌਹਰ ਦਿਖਾਏ ਕਿ ਆਪ ਦਾ ਨਾਮ ਆਪ ਦੇ ਪਿਤਾ ਜੀ ਨੇ ਤਿਆਗ ਮੱਲ ਤੋਂ ਬਦਲ ਕੇ ਤੇਗ ਬਹਾਦਰ ਰੱਖ ਦਿੱਤਾ ਸੀ। ਇਹ ਤਾਂ ਰਿਹਾ ਸਫ਼ਰ ਗੁਰੂ ਤੇਗ ਬਹਾਦਰ ਜੀ ਦੇ ਤਿਆਗ ਮੱਲ ਤੋਂ ਨਾਮ ਤੇਗ ਬਹਾਦਰ ਹੋਣ ਦਾ। ਅੱਜ ਮੇਰਾ ਤੁਹਾਡੇ ਨਾਲ ਵਿਚਾਰ ਚਰਚਾ ਦਾ ਵਿਸ਼ਾ ਹੈਗਾ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜਿਹੜੀਆਂ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ। ਉਹਨਾਂ ਦੀ ਬਾਣੀ ਜਿਨ੍ਹਾਂ ਨੂੰ ਪੜ੍ਹਦੇ ਹਾਂ ਇੰਨੀ ਸਰਲਤਾ ਨਹੀਂ, ਨਿਰਮਾਣਤਾ ਨਾਲ ਸਾਨੂੰ ਚੀਜ਼ ਸਮਝ ਆਉਂਦੀ ਆ, ਉਹਨਾਂ ਦੇ ਅਰਥ ਸਾਨੂੰ ਇੰਨੇ ਵਧੀਆ ਤਰੀਕੇ ਦੇ ਨਾਲ ਸਮਝ ਆਉਂਦੇ ਨੇ ਕਿ ਕਮੀ ਕਿੱਥੇ ਰਹਿ ਜਾਂਦੀ ਹੈ ਸਾਡੇ ਵਿੱਚ ਉਹਨਾਂ ਨੂੰ ਮੰਨਣ ਦੀ। ਕਮੀ ਕੀ ਹੁੰਦੀ ਹੈ ਸਾਡੇ ਵਿੱਚ? ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੀ ਨਹੀਂ ਮੰਨਦੇ ਹੈਗੇ। ਘੋਰ ਨਿਰਾਸ਼ਾ ਵਿੱਚ ਅੱਜ ਦੀ ਪੀੜ੍ਹੀ ਜੀ ਰਹੀ ਆ। ਕਿੰਨਾ ਸੌਖਾ ਤਰੀਕਾ ਸਾਨੂੰ ਦੱਸਿਆ ਚਿੰਤਾ ਤੋਂ ਮੁਕਤ ਹੋਣ ਦਾ। ਡਿਪਰੈਸ਼ਨ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਹਰੇਕ ਘਰ ਦੇ ਵਿੱਚ ਸ਼ਬਦ ਬੋਲਿਆ ਜਾ ਰਿਹਾ, ਹਰ ਬੰਦਾ ਇਸ ਦਾ ਸ਼ਿਕਾਰ ਆ। ਕਿੰਨਾ ਸੋਹਣਾ ਤਰੀਕਾ ਦੱਸਦੇ ਨੇ ਸਾਨੂੰ ਨਿਸ਼ਚਿੰਤ ਹੋ ਕੇ ਜ਼ਿੰਦਗੀ ਜੀਣ ਦਾ। ਸਵੇਰ ਨੂੰ ਚਿੰਤਾ 'ਚ ਉੱਠਦੇ ਹਾਂ, ਰਾਤ ਨੂੰ ਚਿੰਤਾ 'ਚ ਸੌਂਦੇ ਹਾਂ, ਚਿੰਤਾ ਕਦੋਂ ਚਿਤਾ ਵੱਲ ਲੈ ਜਾਂਦੀ ਪਤਾ ਨਹੀਂ ਲੱਗਦਾ। ਗੁਰਬਾਣੀ ਕੀ ਕਹਿੰਦੀ ਆ? ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ। ਇਹ ਚਿੰਤਾ ਕਿਉਂ ਕਰਨੀ ਆ? ਅਣਹੋਣੀ ਨਹੀਂ ਹੁੰਦੀ ਸੰਸਾਰ 'ਚ, ਹੁੰਦਾ ਕੀ ਹੈ? ਉਹੀ ਜੋ ਹੋਣਾ ਹੁੰਦਾ ਹੈ। ਕਿਵੇਂ ਸਾਡੇ ਮਿੱਤਰਾਂ ਦੋਸਤਾਂ ਨੇ ਸਾਡੇ ਨਾਲ ਦੁੱਖ ਦੇ ਟਾਈਮ 'ਚ ਨਹੀਂ ਖੜਨਾ, ਸਾਡੇ ਨਾਲ ਸੁੱਖ ਦੇ ਟਾਈਮ 'ਚ ਕਰਨਾ ਹੈ? ਗੁਰਬਾਣੀ ਸਾਨੂੰ ਉਹ ਵੀ ਸਿਖਾਉਂਦੀ ਆ ਕਿ ਕੀ ਕਹਿ ਰਹੀ ਆ, ਸੁੱਖ ਮੈਂ ਬਹੁ ਸੰਗੀ ਭਈ ਦੁੱਖ ਮੈਂ ਸੰਗ ਨਾ ਕੋਈ, ਕਿ ਸੁੱਖ 'ਚ ਬਹੁਤ ਸੰਗੀ ਮਿੱਤਰ ਖੜੇ ਹੋ ਜਾਂਦੇ ਨੇ, ਦੁੱਖ 'ਚ ਕੋਈ ਵੀ ਨਹੀਂ। ਸੁੱਖ ਮੈਂ ਬਹੁ ਸੰਗੀ ਭਈ ਦੁੱਖ ਮੈਂ ਸੰਗ ਨਾ ਕੋਈ, ਕਹੋ ਨਾਨਕ ਹਰਿ ਭਜ ਮਨਾ ਅੰਤ ਸਹਾਈ ਹੋਏ। ਆਪਣੇ ਮਨ ਨੂੰ ਕਹਿੰਦੇ ਨੇ, ਹੇ ਮਨ ਕਿ ਤੂੰ ਆਪਣਾ ਨਾਮ ਜਪ ਲਾ ਪਰਮਾਤਮਾ ਦਾ, ਉਹ ਨਾਮ ਜਪ ਜਿਹੜਾ ਅੰਤ ਵਿੱਚ ਤੇਰੇ ਨਾਲ ਸਹਾਈ ਹੋਏਗਾ, ਤੇਰੇ ਨਾਲ ਖੜਾ ਹੋਏਗਾ, ਤੇਰੇ ਸੁੱਖਾਂ ਦੇ ਵਿੱਚ ਨਾਲ ਨਾਲ ਤੇਰੇ ਦੁੱਖਾਂ ਦੇ ਵਿੱਚ ਵੀ ਖੜਾ ਹੋਏਗਾ। ਸਾਨੂੰ ਉਹਨੂੰ ਜਪਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਕਿੱਦਾਂ ਜਪਣਾ ਉਹ ਵੀ ਦੱਸਤਾ, ਘਰ ਦੇ ਵਿੱਚ ਹੀ। ਕੋਈ ਸੰਨਿਆਸ ਧਾਰਨ ਕਰਨ ਦੀ ਜ਼ਰੂਰਤ ਨਹੀਂ, ਕੋਈ ਜੰਗਲਾਂ 'ਚ ਜਾਣ ਦੀ ਜ਼ਰੂਰਤ ਨਹੀਂ, ਕੋਈ ਪਹਾੜਾਂ 'ਚ ਬੈਠਣ ਦੀ ਲੋੜ ਨਹੀਂ ਹੈਗੀ। ਕਿੱਥੇ ਬੈਠਣਾ? ਘਰ 'ਚ। ਕਿੱਥੇ? ਆਪਣੇ ਮਨ ਦੇ ਨਾਲ ਜੁੜਨਾ ਆ। ਕਿਵੇਂ? ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਕਿ ਤੇਰੇ ਅੰਦਰ ਹੀ ਵਸਿਆ ਹੋਇਆ ਆ, ਤੈਨੂੰ ਜੰਗਲਾਂ ਵਿੱਚ ਜਾਣ ਦੀ ਕਿਤੇ ਵੀ ਜ਼ਰੂਰਤ ਨਹੀਂ ਹੈਗੀ, ਸਾਰਿਆਂ ਵਿੱਚ ਵਸਿਆ ਹੋਇਆ। ਮਨੁੱਖਤਾ ਵਿੱਚ ਵੇਖ ਤਾਂ ਸਹੀ, ਤੈਨੂੰ ਸਾਰੇ ਪਾਸੇ ਮਿਲ ਜਾਣਾ ਉਹ, ਤੈਨੂੰ ਅਲੱਗ ਤੌਰ 'ਤੇ ਉਹਨੂੰ ਯਾਦ ਕਰਦੇ ਸਮਝਣ ਦੀ ਬੈਠਣ ਦੀ ਲੋੜ ਨਹੀਂ ਹੈਗੀ। ਤੂੰ ਇਨਸਾਨ ਨੂੰ ਇਨਸਾਨ ਸਮਝ, ਮਨੁੱਖਤਾ ਵਿੱਚ ਮਨੁੱਖਤਾ ਨੂੰ ਸਮਝਣ ਦੀ ਕੋਸ਼ਿਸ਼ ਕਰ, ਇਨਸਾਨੀਅਤ ਨੂੰ ਸਮਝ, ਤੈਨੂੰ ਮਿਲ ਜਾਏਗਾ। ਪਰ ਨਹੀਂ, ਅਸੀਂ ਦੂਜੇ ਦੇ ਲਈ ਤਾਂ ਕੀ ਜੀਣਾ ਆ, ਅਸੀਂ ਆਪਣੇ ਲਈ ਵੀ ਜੀਣਾ ਛੱਡਿਆ ਹੋਇਆ। ਦੂਜੇ ਲਈ ਜੀਣਾ ਤਾਂ ਸਾਨੂੰ ਗੁਰੂ ਤੇਗ ਬਹਾਦਰ ਜੀ ਬੜੀ ਸਰਲ ਅਤੇ ਬੜੇ ਵਧੀਆ ਤਰੀਕੇ ਦੇ ਨਾਲ ਸਿਖਾ ਕੇ ਗਏ ਨੇ ਕਿ ਉਹਨਾਂ ਨੂੰ ਜਦੋਂ ਮਨੁੱਖਤਾ ਦੀ ਖਾਤਰ ਜਾਨ ਦੇਣੀ ਪਈ ਤਾਂ 9 ਸਾਲ ਦਾ ਪੁੱਤਰ ਪਿੱਛੇ ਛੱਡ ਕੇ ਚਲੇ ਤਾਂ ਗਏ ਸੀ ਉਹ ਜਾਨ ਦੇਣ ਦੇ ਲਈ ਆਪਣੀ। ਕਿਹਾ ਵੀ ਗਿਆ ਕਿ ਤੁਸੀਂ ਕਲਮਾ ਪੜ੍ਹੋ, ਇਸਲਾਮ ਧਾਰਨ ਕਰ ਲਓ, ਕਹਿੰਦੇ ਨਹੀਂ ਕਰਨਾ। ਕਹਿੰਦੇ ਤੁਹਾਨੂੰ ਬਹੁਤ ਸਾਰੇ ਲਾਲਚ ਦਿੱਤੇ ਉਹਨਾਂ ਨੂੰ ਕਿ ਤੁਹਾਨੂੰ ਅਸੀਂ ਉੱਚੀਆਂ ਪਦਵੀਆਂ ਦੇਵਾਂਗੇ, ਨਹੀਂ ਧਾਰਨ ਕੀਤਾ। ਅਣਖ ਨਾਲ ਸਿਖਾਇਆ ਸਾਨੂੰ ਜੀਣਾ, ਸਾਨੂੰ ਸਿਰ ਉੱਚਾ ਕਰਕੇ ਜੀਣਾ ਸਿਖਾਇਆ, ਸਾਨੂੰ ਮਨੁੱਖਤਾ ਦੀ ਖਾਤਰ ਜਾਨ ਕੁਰਬਾਨ ਕਰਨੀ ਵੀ ਸਿਖਾਈ, ਜੀਣਾ ਹੀ ਦੂਜਿਆਂ ਲਈ ਸਿਖਾਇਆ। ਉਹ ਕਹਿੰਦੇ ਸੀ ਕਿ ਮੇਰਾ ਜੀਵਨ ਸਫਲ ਆ ਜਦ ਦੂਜਿਆਂ ਦੇ ਹੱਕ ਦੇ ਵਿੱਚ ਮੈਂ ਖੜ ਜਾਵਾਂ। ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਉਹਨਾਂ ਦੇ ਸਾਥੀਆਂ ਨੂੰ, ਭਾਈ ਸਤੀਦਾਸ ਜੀ ਨੂੰ, ਭਾਈ ਮਤੀਦਾਸ ਜੀ ਨੂੰ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ, ਅਡੋਲ ਰਹੇ, ਪਾਠ ਕਰਦੇ ਰਹੇ। ਜਦ ਦੇਖਿਆ ਕਿਸੇ ਤਰੀਕੇ ਦੇ ਨਾਲ ਕਿ ਨਹੀਂ ਮੰਨ ਰਿਹਾ, ਤਾਂ ਔਰੰਗਜ਼ੇਬ ਨੇ ਜਲਾਦ ਸੈਯਦ ਜਲਾਲੂਦੀਨ ਨੂੰ ਉਹਨਾਂ ਦਾ ਸੀਸ ਧੜ ਨਾਲੋਂ ਅਲੱਗ ਕਰਨ ਦਾ ਹੁਕਮ ਦਿੱਤਾ ਸੀ। ਇੱਕ ਤਲਵਾਰ ਦੇ ਵਾਰ ਦੇ, ਤਲਵਾਰ ਦੇ ਇੱਕ ਵਾਰ ਦੇ ਨਾਲ ਸੀਸ ਧੜ ਤੋਂ ਅਲੱਗ ਕਰ ਦਿੱਤਾ ਗਿਆ ਸੀ। ਸੀਸ ਨੂੰ ਤਾਂ ਭਾਈ ਜੈਤਾ ਜੀ ਲੈ ਗਏ ਸੀ ਅਨੰਦਪੁਰ ਸਾਹਿਬ, ਸਤਿਕਾਰ ਸਹਿਤ ਸੰਸਕਾਰ ਕੀਤਾ ਗਿਆ। ਰੰਗਰੇਟਾ ਗੁਰੂ ਕਾ ਬੇਟਾ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਾਜਿਆ ਸੀ। ਰਕਾਬਗੰਜ ਸਾਹਿਬ ਗੁਰਦੁਆਰਾ ਅੱਜ ਜਿੱਥੇ ਬਣਿਆ ਹੋਇਆ ਉੱਥੇ ਧੜ ਦਾ ਸੰਸਕਾਰ ਕੀਤਾ ਸੀ ਭਾਈ ਲੱਖੀ ਸ਼ਾਹ ਜੀ ਨੇ। ਕਿਵੇਂ ਭੁੱਲ ਜਾਵਾਂਗੇ ਗੁਰੂ ਜੀ ਨੂੰ? ਲੋੜ ਪਤਾ ਕਿਸ ਚੀਜ਼ ਦੀ ਆ? ਸਿਰਫ ਤੇ ਸਿਰਫ ਉਹਨਾਂ ਦੀ ਸਿੱਖਿਆਵਾਂ ਨੂੰ ਅਮਲ ਕਰਨ ਦੀ। ਗੁਰੂ ਨੂੰ ਗੁਰੂ ਨਹੀਂ ਮੰਨਣਾ, ਇਕੱਲਾ ਗੁਰੂ ਦੀ ਵੀ ਮੰਨਣੀ ਆ। ਫਿਰ ਤੋਂ ਕਹਿ ਰਹੀ ਹਾਂ, ਆਪਾਂ ਆਪਣੀ ਜ਼ਿੰਦਗੀ ਨੂੰ ਚਿੰਤਾ ਮੁਕਤ ਹੋ ਕੇ ਜ਼ਿੰਦਗੀ ਜੀਣੀ ਆ। ਧੰਨਵਾਦ।